ਮੈਂ ਵੀ ਗਿੰਜੂਆ ਸ਼ਰੀਫ ਉੱਤੋਂ ਉੱਤੋਂ ਗੱਲ ਨਹੀਂ ਕਰਦਾ ਪਿਆ, ਵਿੱਚੋਂ ਕਰਨਾ ਪਿਆ। ਮਹਿਮਾਨ ਬਣ ਕੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਇਰਾਦਾ ਲੈ ਕੇ ਆਇਆ ਕਿ ਮੇਰੇ ਅਜ਼ੀਜ਼ ਮੇਰੇ ਪਿਆਰੇ ਸਾਦਾਤ ਉੱਥੇ ਤਸ਼ਰੀਫ ਫਰਮਾ ਨੇ। ਮਸਜਿਦ ਦੀਆਂ ਗੱਲਾਂ ਮੈਂ ਸੁਣੀਆਂ ਸਨ, ਅੱਜ ਵੇਖ ਕੇ ਖੁਸ਼ ਹੋ ਗਿਆ। ਥੋੜ੍ਹਾ ਖੁਸ਼ ਨਹੀਂ ਹੋਇਆ, ਚੁੱਕ ਖੁਸ਼ ਹੋਇਆ। ਬੈਕਵਰਡ ਇਲਾਕਾ ਹੋਵੇ, ਰਾਹ ਵੀ ਸਹੀ ਕੋਈ ਨਾ ਹੋਵੇ, ਅਤੇ ਅੱਲਾ ਰਸੂਲ ਦਾ ਫਜ਼ਲ ਅਤੇ ਇਹਨਾਂ ਸ਼ਹੀਦਾਂ ਨਾਲ ਹੀ ਹੈ ਨਾ ਰੌਣਕਾਂ। ਆਲਿਮ ਸੈਦ ਨੇ, ਖਤੀਬ ਨੇ, ਮਦਰਸੇ ਚਲਾਉਣ ਵਾਲੇ ਜੀ, ਉਹੋ ਜਿਹਾ ਹੁੰਦਾ ਵੀ ਤੈਨੂੰ ਜਿੰਨ ਪਾਇਆ ਨੇ ਤੈਨੂੰ ਸਾਇਆ, ਮੋੜੇ ਕੰਮ ਕੋਈ ਨਹੀਂ ਸੀ ਹੋਣਾ। ਤੈਨੂੰ ਕਾਲਾ ਇਲਮ ਹੈ ਅਤੇ ਤੈਨੂੰ ਖੱਟਾ ਹੋਇਆ। ਇਹ ਦੀਨ ਦੀਆਂ ਬਰਕਤਾਂ ਨੇ, ਇਹ ਦੀਨ ਵਾਲੇ ਪਾਸੇ ਲੱਗੇ ਇਹ ਚੀਜ਼ਾਂ ਬਣੀਆਂ। ਵਰਨਾ ਤੁਸੀਂ ਅਕਸਰ ਜਗ੍ਹਾ ਜਾਓ, ਦਰਬਾਰ ਹੁੰਦਾ, ਮਸੀਹ ਨਾਲ ਕੋਈ ਹਾਲ ਨਹੀਂ ਹੁੰਦਾ। ਇਹ ਇਲਮ ਦੀ ਬਰਕਤ ਹੈ, ਕੁਰਾਨ ਹਦੀਸ ਦੀ ਬਰਕਤ ਹੈ, ਦੀਨ ਮੁਸਤਫਾ ਦੀ ਬਰਕਤ ਹੈ। ਕਿਉਂਕਿ ਨਬੂਵਤ ਦੀ ਵਿਰਾਸਤ ਗੱਦੀ ਨਹੀਂ ਇਸ ਧੱਕੇ ਨਾਲ ਬਣਾਈ ਹੈ। ਯਾਦ ਰੱਖਿਆ ਜੀ ਮੇਰੀ ਗੱਲ, ਨਬੂਵਤ ਦੀ ਵਿਰਾਸਤ ਗੱਦੀ ਨਹੀਂ, ਨਬੂਵਤ ਦੀ ਵਿਰਾਸਤ ਇਲਮੇ ਦੀਨ ਹੈ, ਅਤੇ ਖੁਸ਼ ਨਸੀਬ ਹੈ ਜਿਹੜਾ ਆਲਮੇ ਦੀਨ ਹੈ। ਗੱਦੀ ਨਸ਼ੀਨ ਹੋਣ ਐਡਾ ਉਹਦਾ ਸ਼ਬਦ ਕੋਈ ਨਹੀਂ, ਜੇ ਮਤੇ ਆਖੋ ਬੜਾ ਵੱਡਾ ਹੁੰਦਾ ਹੈ, ਇਹ ਹੈ ਹੀ ਕੋਈ ਨਹੀਂ। ਸ਼ਰੀਅਤ 'ਚ ਅਸਾਂ ਬਣਾਇਆ ਹੈ, ਵਲਾਇਤ ਵਿਰਾਸਤ 'ਚ ਨਹੀਂ ਮਿਲਦੀ, ਵਲਾਇਤ ਵਿਰਾਸਤ 'ਚ ਨਹੀਂ ਮਿਲਦੀ। ਅਸੀਂ ਸਹੀਦਾਂ ਗਲਤ ਗੱਲਾਂ ਨਹੀਂ ਕਰਨੀਆਂ, ਵਲਾਇਤ ਵਿਰਾਸਤ 'ਚ ਨਹੀਂ ਮਿਲਦੀ। ਯਾਦ ਰੱਖਿਆ ਜੇ, ਜਦੋਂ ਮਿਲਦੀ ਹੈ ਮਦੀਨੇ ਵਾਲੇ ਦੀ ਗੁਲਾਮੀ 'ਚ ਮਿਲਦੀ ਹੈ। قل ان كنتم تحبون الله فتبعوني يحببكم الله। ਵੈਸੇ ਵੀ ਕੁਨਬਾ ਨਾਲ ਪਿਆਰ ਕਰਨ ਵਾਲਾ ਬੰਦਾ ਵਾਂ ਮੈਂ, ਇਹ ਮੇਰੀਆਂ ਆਂਦਰਾਂ ਦੁਆਵਾਂ ਦਿੰਦੀਆਂ ਨੇ ਪਈਆਂ ਕਿ ਅੱਲਾ ਮੇਰਿਆ ਇਹਨਾਂ ਭਾਈਆਂ ਨੂੰ, ਅਜ਼ੀਜ਼ਾਂ ਨੂੰ ਇਲਮ ਅੰਦਰ, ਉਮਰ ਅੰਦਰ, ਦੀਨ ਦੀ ਖਿਦਮਤ ਅੰਦਰ, ਫਿਜ਼ਾਨ ਅੰਦਰ, ਅੱਲਾ ਤੁਹਾਨੂੰ ਢੇਰ ਬਰਕਤਾਂ ਦਾ। ਖੁਸ਼ ਹੋ ਗਿਆ, ਪਤਾ ਲੱਗਾ ਸੈਦ ਵਸਦੇ ਨੇ, ਨਹੀਂ ਤਾਂ ਕੁੱਤੇ ਵੱਜੇ ਦਿਸੇ। ਇਹ ਬਣ ਗਈ ਹੈ, ਇਹ ਇਲਮ ਨਾਲ ਤਲਕ ਨਾ ਨਾ ਹੁੰਦਾ, ਤੇ ਘੋੜੇ ਹੋਣੇ ਸਨ, ਖੋਤੇ ਹੋਣੇ ਸਨ, ਮੇਲੇ ਹੋਣੇ ਸਨ, ਕੁੱਤਿਆਂ ਦੀ ਤੇ ਲੜਾਈ ਹੋਣੀ ਸੀ। ਮੈਂ ਗਲਤਾਂ ਨਾ, ਇਹ ਅੱਲਾ ਦਾ ਖਾਸ ਕਰਮ ਹੈ। ਇੱਕ ਛੋਟਾ ਕੰਮ ਨਹੀਂ ਹੋਇਆ ਇਸੇ ਛੋਟੇ ਜਿਹੇ ਪਿੰਡ 'ਚ। ਦੁਨੀਆ ਮੁੱਕ ਜਾਣੀ ਹੈ, ਇਹ ਵੇਖਣਾ ਵੀ ਕੋਈ ਜਣਾ ਬਣਾ ਗਿਆ। ਅੱਲਾ ਇਹਨਾਂ ਨੂੰ ਜ਼ਿੰਦਗੀ ਦੇ ਦੇ, ਠੰਡ ਪੈ ਗਈ। ਬਹਰਹਾਲ ਅੱਲਾ ਪਾਕ ਇਹਨਾਂ ਦੀ ਉਮਰ ਅੰਦਰ, ਇਲਮ ਅੰਦਰ, ਦੀਨ ਦੀ ਖਿਦਮਤ ਅੰਦਰ, ਨੇਕੀ ਅੰਦਰ, ਫਿਜ਼ਾਨ ਦੇ ਅੰਦਰ ਅੱਲਾ ਪੰਡਾਂ ਬੰਨ ਕੇ ਬਰਕਤਾਂ ਦਾ। ਪੀਰ ਸੈਦ ਫੈਜ਼ੁਲ ਹਸਨ ਸ਼ਾਹ ਸਾਹਿਬ ਹੁਣ ਛੋਟੇ ਖਤੀਬ ਨਹੀਂ ਰਹਿ, ਮੈਂ ਫਿਰਨ ਵਾਲਾ ਬੰਦਾ ਹਾਂ ਆਪ। ਕਈਆਂ ਜਗ੍ਹਾ 'ਤੇ ਤਾਂ ਮੈਂ ਕਿਹੜਾ ਹੋਰ ਖਤੀਬ, ਉਹਨਾਂ ਘੜੀ ਫੈਜ਼ੁਲ ਹਸਨ ਸ਼ਾਹ ਹੋਰ ਹੀ ਆਏ ਨੇ, ਅਤੇ ਮੈਂ ਖੁਸ਼ ਹੁੰਦਾ। ਅੱਲਾ ਪਾਕ ਇਸ ਘਰਾਨੇ ਵਿੱਚੋਂ, ਅਤੇ ਸੈਦ ਸਾਡੇ ਇੱਕੋ ਹੀ ਆਸਾਂ ਸ਼ੁਰੂ ਤੋਂ, ਘਰਾਨੇ ਤੋਂ ਮਤਲਬ ਬਰਾਦਰੀਆਂ ਜਿਹੜੀਆਂ ਦਿੱਤੀਆਂ ਲਈਆਂ ਹੁੰਦੀਆਂ, ਉਹ ਬੰਦਾ ਹੋਇਆ ਜਿਹੜਾ ਨਾਮਵਰ ਖਤੀਬ ਹੋ।